ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅਪਡੇਟ ਅਮਰੀਕਾ ਦੇ ਵਿੱਚ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਸਰਬਜੀਤ ਸਿੰਘ ਬਾਸੀ ਅਟਵਾਟਰ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰੋ ਨੰਬਰ 408-722-7698 ਜਾਂ ਈਮੇਲ ਕਰ ਸਕਦੇ ਹੋ info@punjabiradiousa.com ਦੇ ਉੱਤੇ। ਤੇ ਆਓ ਹੁਣ ਖਬਰਾਂ ਵੱਲ ਵਧਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਡੋਨਲਡ ਟਰੰਪ ਅਤੇ ਜਰਮਨੀ ਦੀ ਚਾਂਸਲਰ ਐਂਜਲਾ ਮਾਰਕਲ ਨੇ ਸਾਂਝੇ ਤੌਰ ਦੇ ਉੱਤੇ ਕੀਤੀ ਪ੍ਰੈਸ ਕਾਨਫਰੰਸ। ਇਜ਼ਰਾਈਲੀ ਲੜਾਕੂ ਜਹਾਜ਼ਾਂ ਦੇ ਦੁਆਰਾ ਸੀਰੀਆ ਵਿੱਚ ਏਅਰ ਸਟ੍ਰਾਈਕ ਕੀਤੀਆਂ ਗਈਆਂ। ਜਵਾਬੀ ਕਾਰਵਾਈ ਦੇ ਵਿੱਚ ਸੀਰੀਆ ਨੇ ਐਂਟੀ ਏਅਰਕ੍ਰਾਫਟ ਮਿਜ਼ਾਈਲਾਂ ਦਾਗੀਆਂ। ਲਾਹੇ ਗਏ US ਅਟਰਨੀ ਪ੍ਰੀਤ ਭਰਾਰਾ ਕਰ ਰਹੇ ਸਨ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸਕੱਤਰ ਟੌਮ ਪ੍ਰਾਈਸ ਦੀ ਜਾਂਚ। ਸੀਕਰਟ ਸਰਵਿਸ ਹੋਈ ਇੱਕ ਵਾਰੀ ਫਿਰ ਸ਼ਰਮਸਾਰ, ਏਜੰਟ ਦੀ ਗੱਡੀ ਦੇ ਵਿੱਚੋਂ ਸੰਜੀਦਾ ਇਨਫਰਮੇਸ਼ਨ ਵਾਲਾ ਲੈਪਟਾਪ ਚੋਰੀ। ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਪੈਰਿਸ ਆਫਿਸ ਦੇ ਵਿੱਚ ਲੈਟਰ ਬੰਬ। ਤੇ ਹੁਣ ਖਬਰਾਂ ਦਾ ਵਿਸਤਾਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਖਬਰ। ਰਾਸ਼ਟਰਪਤੀ ਟਰੰਪ ਅਤੇ ਜਰਮਨ ਚਾਂਸਲਰ ਐਂਜਲਾ ਮਾਰਕਲ, ਇਹਨਾਂ ਨੇ ਅੱਜ ਵਾਈਟ ਹਾਊਸ ਦੇ ਵਿੱਚ ਸਾਂਝੇ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਨੇਟੋ ਦੇ ਉੱਤੇ, ਇਮੀਗ੍ਰੇਸ਼ਨ ਦੇ ਉੱਤੇ ਅਤੇ ਹੋਰ ਕਈ ਤਰੀਕਿਆਂ ਦੇ ਉੱਤੇ ਬਿਆਨਬਾਜ਼ੀ ਵੀ ਕੀਤੀ। ਦੋਨਾਂ ਹੀ ਲੀਡਰਸ ਦੇ ਵਿੱਚ ਬਾਡੀ ਲੈਂਗੁਏਜ ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਉੱਠੇ। ਇੱਥੇ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫਿਰ ਨਾਟੋ ਨੂੰ ਲੈ ਕੇ ਬਿਆਨਬਾਜ਼ੀ ਕੀਤੀ, ਜਿਸ ਦੇ ਵਿੱਚ ਆਖਿਆ ਵੀ ਉਹ ਸਟਰੋਂਗ ਸਪੋਰਟਰ ਨੇ ਨਾਟੋ ਦੇ, ਨਾਟੋ ਨੂੰ ਰੱਖਣਾ ਚਾਹੁੰਦੇ ਨੇ, ਪਰ ਨਾਲ ਹੀ ਉਹਨਾਂ ਨੇ ਇਹ ਗੱਲ ਆਖੀ ਵੀ ਜਿਹੜੇ ਵੀ ਦੇਸ਼ ਨਾਟੋ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਆਪਣੀ ਬਣਦੀ ਹੋਈ ਰਕਮ ਅਮਰੀਕਾ ਨੂੰ ਦੇਣੀ ਚਾਹੀਦੀ ਆ। ਇਹ ਟੋਟਲੀ ਅਨਫੇਅਰ ਆ ਤੇ ਇਹ ਸਾਰੇ ਦੇਸ਼ਾਂ ਨੂੰ ਜੋ ਇਕਰਾਰ ਹੋਏ ਨੇ ਉਸ ਦੇ ਮੁਤਾਬਕ ਅਮਰੀਕਾ ਨੂੰ ਪੈਸੇ ਦੇਣੇ ਚਾਹੀਦੇ ਆ। ਜ਼ਿਕਰਯੋਗ ਗੱਲ ਹੈ ਵੀ ਨਾਟੋ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਇਸ ਮੌਕੇ ਕਿਸੇ ਵੀ ਤਰੀਕੇ ਦੇ ਨਾਲ ਫਾਈਨੈਂਸ਼ੀਅਲ ਤੌਰ ਦੇ ਉੱਤੇ ਅਮਰੀਕਾ ਨੂੰ ਕੁਛ ਵੀ ਨਹੀਂ ਦਿੰਦੇ, ਬਲਕਿ ਸਿਰਫ ਆਪਣੀ ਫੌਜੀ ਕੈਪੇਬਿਲਟੀਆਂ ਨੂੰ ਹੀ ਨਾਟੋ ਦੇ ਨਾਲ ਇਕੱਠਿਆਂ ਰੱਖਦੇ ਨੇ। ਇਹ ਵੀ ਦੱਸਦੇ ਜਾਈਏ, ਨੇਟੋ ਦੇ ਵਿੱਚ ਜਿੰਨੇ ਵੀ ਦੇਸ਼ ਨੇ ਉਹਨਾਂ ਨੇ ਇਹ ਇਕਰਾਰ ਕੀਤਾ ਹੋਇਆ ਆ ਵੀ ਹਰ ਇੱਕ ਦੇਸ਼ ਆਪੋ ਆਪਣੇ ਗ੍ਰੋਸ ਡੋਮੈਸਟਿਕ ਪ੍ਰੋਡਕਟ ਦੇ ਆਧਾਰ ਦੇ ਉੱਤੇ 2% ਨਾਟੋ ਨੂੰ ਦੇਵੇਗਾ, ਪਰ ਇਸ ਮੌਕੇ ਕੋਈ ਵੀ ਦੇਸ਼ ਇਸ ਤਰੀਕੇ ਦੇ ਨਾਲ ਨਹੀਂ ਕਰ ਰਿਹਾ। ਇਮੀਗ੍ਰੇਸ਼ਨ ਦੇ ਉੱਤੇ ਦੋਨਾਂ ਹੀ ਲੀਡਰਸ ਦਾ ਵੱਖ ਵੱਖ ਵਿਚਾਰਧਾਰਾ ਆ, ਜਿੱਧਰ ਐਂਜਲਾ ਮਾਰਕਲ ਜਰਮਨੀ ਦੇ ਵਿੱਚ ਆਪਣੇ ਲਿਬਰਲ ਖਿਆਲਾਤ ਨੂੰ ਲੈ ਕੇ ਜ਼ਿਆਦਾ ਜਾਣੀ ਜਾਂਦੀ ਆ, ਵੀ ਉਹਨਾਂ ਨੇ ਬਹੁਤ ਸਾਰੇ ਮਿਡਲ ਈਸਟਰਨ, ਨਦਰਨ ਅਫਰੀਕਾ ਦੇ ਜਿਹੜੇ ਰਿਫਿਊਜੀਜ਼ ਇਮੀਗ੍ਰੈਂਟਸ ਆ ਉਹਨਾਂ ਨੂੰ ਜਰਮਨੀ ਵਿੱਚ ਰਹਿਣ ਦਾ ਮੌਕਾ ਦਿੱਤਾ ਆ। ਤੇ ਇੱਧਰ ਰਾਸ਼ਟਰਪਤੀ ਟਰੰਪ ਇਮੀਗ੍ਰੇਸ਼ਨ ਨੂੰ ਲੈ ਕੇ ਸਖ਼ਤ ਸਟੈਂਡ ਰੱਖਦੇ ਆ। ਉਹਨਾਂ ਨੇ ਇਸ ਜੁਆਇੰਟ ਨਿਊਜ਼ ਕਾਨਫਰੰਸ ਦੇ ਵਿੱਚ ਇਹ ਵੀ ਆਖਿਆ ਵੀ ਇਮੀਗ੍ਰੇਸ਼ਨ ਇੱਕ ਪ੍ਰਿਵਿਲੇਜ ਆ, ਹਰ ਇੱਕ ਦਾ ਹੱਕ ਨਹੀਂ। ਇੱਥੇ ਰਾਸ਼ਟਰਪਤੀ ਟਰੰਪ ਨੇ ਓਬਾਮਾ ਪ੍ਰਸ਼ਾਸਨ ਦੇ ਉੱਤੇ ਜਿਹੜੇ ਕਥਿਤ ਦੋਸ਼ ਲੱਗਦੇ ਰਹੇ ਨੇ ਵੀ ਉਹਨਾਂ ਨੇ ਜਰਮਨੀ ਦੇ ਚਾਂਸਲਰ ਐਂਜਲਾ ਮਾਰਕਲ, ਉਹਨਾਂ ਦੇ ਪਰਸਨਲ ਸੈਲਫੋਨ ਕਾਲਸ ਨੂੰ ਅਣਅਧਿਕਾਰਿਤ ਤੌਰ ਦੇ ਉੱਤੇ ਸੁਣਿਆ ਸੀ, ਉਸ ਦੇ ਉੱਤੇ ਵੀ ਉਹਨਾਂ ਨੇ ਜੋਕ ਕੀਤਾ, ਪਰ ਇਸ ਦੇ ਉੱਤੇ ਕਿਸੇ ਵੀ ਤਰੀਕੇ ਦੀ ਟਿੱਪਣੀ ਐਂਜਲਾ ਮਾਰਕਲ ਨੇ ਨਹੀਂ ਦਿੱਤੀ। ਇਸ ਮੌਕੇ ਦੇ ਉੱਤੇ ਪ੍ਰੈਸ ਕਾਨਫਰੰਸ ਦੇ ਵਿੱਚ ਥੋੜਾ ਤਣਾਅ ਵੱਧ ਗਿਆ ਜਦੋਂ ਜਰਮਨੀ ਤੋਂ ਆਏ ਇੱਕ ਰਿਪੋਰਟਰ, ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਇਹ ਸਵਾਲ ਪੁੱਛ ਲਏ ਵੀ ਤੁਸੀਂ ਮੀਡੀਆ ਨੂੰ ਫੇਕ ਨਿਊਜ਼ ਕਹਿੰਦੇ ਰਹਿੰਦੇ ਹੋ, ਪਰ ਉਹ ਗੱਲ ਤੁਹਾਡੀ ਸੱਚ
ਸਾਬਤ ਨਹੀਂ ਹੁੰਦੀ, ਜਿੱਦਾਂ ਕਿ ਤੁਸੀਂ ਹੁਣੀ ਪਿਛਲੇ ਦਿਨੀ ਰਾਸ਼ਟਰਪਤੀ ਟਰੰਪ ਦੇ ਉੱਤੇ ਵਾਇਰ ਟੈਪਿੰਗ ਦਾ ਦੋਸ਼ ਲਾਇਆ ਆ। ਇਸ ਤੋਂ ਬਾਅਦ ਦੇ ਵਿੱਚ ਦੋਨੋਂ ਹੀ ਨੇਤਾ ਓਵਲ ਆਫਿਸ ਦੇ ਵਿੱਚ ਇਕੱਠਿਆਂ ਬੈਠ ਕੇ ਯਾਦਗਾਰੀ ਤਸਵੀਰ ਵੀ ਖਿਚਾਉਂਦੇ ਨਜ਼ਰ ਆਏ, ਜਿੱਥੇ ਇਹ ਰਿਪੋਰਟ ਸਾਹਮਣੇ ਆਈ। ਐਂਜਲਾ ਮਾਰਕਲ ਨੇ ਰਾਸ਼ਟਰਪਤੀ ਟਰੰਪ ਨੂੰ ਹੈਂਡਸ਼ੇਕ ਕਰਨ ਦੇ ਲਈ ਆਖਿਆ, ਪਰ ਓਵਲ ਆਫਿਸ ਦੇ ਵਿੱਚ ਰੌਲਾ ਰੱਟਾ ਜ਼ਿਆਦਾ ਹੋਣ ਕਰਕੇ ਰਾਸ਼ਟਰਪਤੀ ਟਰੰਪ ਸੁਣ ਨਹੀਂ ਸਕੇ ਅਤੇ ਉਹਨਾਂ ਦਾ ਜਵਾਬ ਨਹੀਂ ਦੇ ਸਕੇ। ਇਹਨਾਂ ਦੋਨਾਂ ਲੀਡਰਾਂ ਦੇ ਰਿਸ਼ਤਿਆਂ ਦੇ ਵਿੱਚ ਬਹੁਤੀ ਮਿਠਾਸ ਨਹੀਂ ਆ, ਕਿਉਂਕਿ ਜਦੋਂ ਡੋਨਲਡ ਟਰੰਪ ਆਪਣੀ ਕੈਂਪੇਨ ਕਰ ਰਹੇ ਸੀ ਰਾਸ਼ਟਰਪਤੀ ਦੀ, ਉਦੋਂ ਉਹ ਬਾਰ ਬਾਰ ਜਰਮਨੀ ਦੀ ਇਗਜ਼ਾਮਪਲ ਇਮੀਗ੍ਰੇਸ਼ਨ ਦੇ ਤੌਰ ਦੇ ਉੱਤੇ ਦਿੰਦੇ ਸੀ ਵੀ ਕਿੱਦਾਂ ਇਮੀਗ੍ਰੈਂਟਸ ਨੇ ਜਰਮਨੀ ਨੂੰ ਬਰਬਾਦ ਕਰ ਦਿੱਤਾ ਆ, ਅਤੇ ਐਂਜਲਾ ਮਰਕਲ ਪਤਾ ਨਹੀਂ ਕੀ ਸੋਚ ਰਹੇ ਆ। ਅਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਐਂਜਲਾ ਮਰਕਲ ਨੂੰ ਉੱਥੋਂ ਦੇ ਲੋਕ ਹਰਾ ਕੇ ਲਾਂਭੇ ਵੀ ਕਰ ਦੇਣ। ਸੀਰੀਆ ਨੇ ਅੱਜ ਇਜ਼ਰਾਈਲੀ ਵਾਰ ਪਲੇਨਸ ਉਹਨਾਂ ਦੇ ਉੱਤੇ ਐਂਟੀ ਏਅਰਕ੍ਰਾਫਟ ਮਿਜ਼ਾਈਲਸ ਦਾਗੀਆਂ। ਸੀਰੀਆ ਦੇ ਵੱਲੋਂ ਇਹ ਹਮਲਾ ਉਸ ਵੇਲੇ ਕੀਤਾ ਗਿਆ ਜਦ ਉਸ ਤੋਂ ਪਹਿਲਾਂ ਇਜ਼ਰਾਈਲੀ ਵਾਰ ਪਲੇਨਸ ਦੇ ਦੁਆਰਾ ਇੱਕ ਬਰੂਦਾਂ ਦਾ ਕੌਨਵਾਏ ਜੋ ਕਿ ਹਿਜ਼ਬੁੱਲਾ ਵੱਲ ਜਾ ਰਿਹਾ ਸੀ ਉਸ ਦੇ ਉੱਤੇ ਹਵਾਈ ਹਮਲੇ ਕੀਤੇ ਗਏ। ਇਜ਼ਰਾਈਲੀ ਅਧਿਕਾਰੀਆਂ ਨੇ ਇਹ ਸੂਚਨਾ ਦਿੱਤੀ ਵੀ ਇਜ਼ਰਾਈਲ ਦੀ ਏਰੀਅਲ ਡਿਫੈਂਸ ਸਿਸਟਮ ਉਹਨਾਂ ਨੇ ਇੱਕ ਮਿਜ਼ਾਈਲ ਉਸ ਨੂੰ ਰਸਤੇ ਵਿੱਚ ਹੀ ਇੱਧਰ ਆਉਣ ਤੋਂ ਪਹਿਲਾਂ ਹੀ ਨਸ਼ਟ ਕਰ ਦਿੱਤਾ। ਉਹਨਾਂ ਨੇ ਇਸ ਦੇ ਉੱਤੇ ਬਹੁਤੀ ਜਾਣਕਾਰੀ ਤਾਂ ਨਹੀਂ ਦਿੱਤੀ, ਪਰ ਇਹ ਜ਼ਰੂਰ ਪੁਸ਼ਟ ਕੀਤਾ ਵੀ ਇਜ਼ਰਾਈਲੀ ਸਿਵਿਲੀਅਨਸ ਤੇ ਇਜ਼ਰਾਈਲੀ ਏਅਰਕ੍ਰਾਫਟ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ। ਸੀਰੀਆ ਅਤੇ ਇਜ਼ਰਾਈਲ ਦੇ ਦੌਰਾਨ ਇੱਦਾਂ ਦੀ ਫੌਜੀ ਕਾਰਵਾਈ ਬਹੁਤ ਘੱਟ ਦੇਖੀ ਗਈ ਆ, ਉਹ ਇੱਕ ਦੂਜੇ ਦੇ ਚਾਹੇ ਉਹ ਕੱਟੜ ਵਿਰੋਧੀ ਹਨ। ਉਧਰ ਸੀਰੀਆ ਦੇ ਵੱਲੋਂ ਸਟੇਟਮੈਂਟ ਜਾਰੀ ਇਹ ਕੀਤੀ ਗਈ ਵੀ 4 ਇਜ਼ਰਾਈਲੀ ਵਾਰ ਪਲੇਨਸ ਉਹਨਾਂ ਨੇ ਸੀਰੀਅਨ ਏਅਰ ਸਪੇਸ ਆ ਉਸ ਦੀ ਉਲੰਘਣਾ ਕੀਤੀ ਆ, ਜਿਸ ਕਰਕੇ ਹੀ ਉਹਨਾਂ ਦੇ ਉੱਤੇ ਐਂਟੀ ਏਅਰਕ੍ਰਾਫਟ ਮਿਜ਼ਾਈਲ ਦਾਗੀਆਂ ਗਈਆਂ। ਪਿਛਲੇ ਦਿਨੀ ਨਿਊਯਾਰਕ ਦੀ ਸਦਰਨ ਡਿਸਟ੍ਰਿਕਟ ਦੇ US ਅਟਾਰਨੀ ਪ੍ਰੀਤ ਭਰਾਰਾ ਉਹਨਾਂ ਨੂੰ ਨੌਕਰੀ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਅੱਜ ਇੱਕ ਨਵੀਂ ਰਿਪੋਰਟ ਦੇ ਵਿੱਚ ਇਹ ਖੁਲਾਸਾ ਸਾਹਮਣੇ ਆਇਆ ਆ ਵੀ ਟਰੰਪ ਪ੍ਰਸ਼ਾਸਨ ਦੇ ਦੁਆਰਾ ਹੈਲਥ ਅਤੇ ਹਿਊਮਨ ਸਰਵਿਸਿਜ਼ ਦੇ ਸਕੱਤਰ ਲਾਏ ਗਏ ਟੌਮ ਪ੍ਰਾਈਸ ਉਹਨਾਂ ਦੀ ਹੀ ਉਹ ਜਾਂਚ ਕਰ ਰਹੇ ਸੀ। ਪ੍ਰੀਤ ਭਰਾਰਾ ਜਿਨ੍ਹਾਂ ਨੂੰ ਪਹਿਲਾਂ ਰਿਜ਼ਾਈਨ ਕਰਨ ਦੇ ਲਈ ਆਖਿਆ ਗਿਆ ਸੀ ਉਹਨਾਂ ਨੇ ਰਿਜ਼ਾਈਨ ਕਰਨ ਤੋਂ ਮਨਾ ਕਰ ਦਿੱਤਾ ਸੀ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ। ਇਸ ਰਿਪੋਰਟ ਦੇ ਮੁਤਾਬਕ ਇਹ ਗੱਲ ਸਾਹਮਣੇ ਆਉਂਦੀ ਆ ਟੌਮ ਪ੍ਰਾਈਸ ਜਿਨ੍ਹਾਂ ਦੇ ਦੁਆਰਾ ਕਈ ਸਟਾਕ ਟ੍ਰੇਡ ਕੀਤੇ ਗਏ ਸੀ ਉਹਨਾਂ ਦੀ ਹੀ ਜਾਂਚ ਪ੍ਰੀਤ ਭਰਾਰਾ ਕਰ ਰਹੇ ਸਨ। ਉਧਰ ਟੌਮ ਪ੍ਰਾਈਸ ਨੇ ਇਹ ਦਾਅਵਾ ਕੀਤਾ ਹੈ ਵੀ ਉਹਨਾਂ ਦੇ ਦੁਆਰਾ ਜਿਹੜਾ ਵੀ ਸਟਾਕ ਟ੍ਰੇਡ ਕੀਤਾ ਗਿਆ ਆ ਉਹ ਕਾਨੂੰਨੀ ਦਾਇਰੇ ਦੇ ਵਿੱਚ ਆ ਅਤੇ ਬਿਲਕੁਲ ਟ੍ਰਾਂਸਪੇਰੈਂਟ ਆ। ਟਰੰਪ ਪ੍ਰਸ਼ਾਸਨ ਜਦੋਂ ਸੱਤਾ ਦੇ ਵਿੱਚ ਆਇਆ ਸੀ ਉਹਨਾਂ ਨੇ ਪ੍ਰੀਤ ਭਰਾਰਾ ਨੂੰ ਆਪਣਾ ਕੰਮ ਕਰਨ ਦੇ ਲਈ ਆਗਿਆ ਦੇ ਦਿੱਤੀ ਸੀ, ਪਰ ਪਿਛਲੇ ਵੀਕ ਹੀ ਪ੍ਰੀਤ ਭਰਾਰਾ ਸਣੇ 45 ਹੋਰ US ਅਟਾਰਨੀਜ਼ ਨੂੰ ਅਸਤੀਫੇ ਦੇਣ ਦੇ ਲਈ ਆਖਿਆ ਗਿਆ ਸੀ। ਪ੍ਰੀਤ ਭਰਾਰਾ ਨੇ ਟਵਿੱਟਰ ਦੇ ਉੱਤੇ ਜਾ ਕੇ ਇਹ ਕਥਿਤ ਦੋਸ਼ ਲਾਏ ਸੀ ਵੀ ਉਹਨਾਂ ਦੀ ਫਾਇਰਿੰਗ ਪੋਲੀਟੀਕਲੀ ਮੋਟੀਵੇਟਿਡ ਆ। ਅੱਜ ਵਾਸ਼ਿੰਗਟਨ DC ਦੇ ਵਿੱਚ ਉਸ ਟਾਈਮ ਸਨਸਨੀ ਫੈਲ ਗਈ ਜਦ ਇਹ ਗੱਲ ਸਾਹਮਣੇ ਆਈ ਵੀ ਸੀਕ੍ਰੈਟ ਸਰਵਿਸ ਦੇ ਇੱਕ ਏਜੰਟ ਦੇ ਗੱਡੀ ਦੇ ਵਿੱਚੋਂ ਉਸ ਦਾ ਸਰਵਿਸ ਲੈਪਟਾਪ, ਕੁਛ ਪਿੰਸ ਅਤੇ ਰੇਡੀਓ ਉਹ ਚੋਰੀ ਹੋ ਗਿਆ ਆ। ਸੀਕ੍ਰੈਟ ਸਰਵਿਸ ਦੇ ਇਸ ਲੈਪਟਾਪ ਦੇ ਵਿੱਚ ਡੋਨਲਡ ਟਰੰਪ ਦੇ ਟਰੰਪ ਟਾਵਰ ਦੀ ਇਵੈਕੂਏਸ਼ਨ ਦੀ ਇਨਫੋਰਮੇਸ਼ਨ ਅਤੇ ਉਸ ਦੇ ਫਲੋਰ ਪਲਾਨ ਦੀ ਪੂਰੀ ਜਾਣਕਾਰੀ ਮੌਜੂਦ ਸੀ। ਉਹ ਇਹ ਲੈਪਟਾਪ ਕਾਫੀ ਵੱਡੇ ਪੈਮਾਨੇ ਦੇ ਉੱਤੇ ਇਨਕ੍ਰਿਪਟ ਕੀਤਾ ਗਿਆ ਹੋਇਆ ਆ, ਪਰ ਜੇ ਕਿਸੇ ਚੋਰ ਨੇ ਇਹ ਸੋਚ ਕੇ ਚੋਰੀ ਕੀਤੀ ਆ ਤਾਂ ਉਹ ਇਨਕ੍ਰਿਪਸ਼ਨ ਵੀ ਭੰਨ ਸਕਦੇ ਨੇ। ਇਸ ਖਬਰ ਤੋਂ ਬਾਅਦ ਦੇ ਵਿੱਚ ਸੀਕ੍ਰੈਟ ਸਰਵਿਸ ਨੂੰ ਕਾਫੀ ਨਮੋਸ਼ੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਆ। ਇਸ ਖਬਰ ਮਿਲਣ ਤੋਂ ਬਾਅਦ ਦੇ ਵਿੱਚ NYPD ਸੀਕ੍ਰੈਟ ਸਰਵਿਸ ਪੂਰੀ ਤਰ੍ਹਾਂ ਹਰਕਤ ਦੇ ਵਿੱਚ ਆਈ। ਉਹਨਾਂ ਨੇ ਇਹ ਲੈਪਟਾਪ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਜਿਸ ਬੈਗਪੈਕ ਦੇ ਵਿੱਚ ਸੀਗਾ ਉਹ ਬੈਗਪੈਕ ਤਾਂ ਲੱਭ ਗਿਆ, ਪਰ ਅਜੇ ਤੱਕ ਲੈਪਟਾਪ ਦੇ ਬਾਰੇ ਕੋਈ ਸੁਰਾਗ ਨਹੀਂ ਮਿਲ ਸਕਿਆ। ਸੀਕ੍ਰੈਟ ਸਰਵਿਸ ਦੇ ਲਈ ਇਹ ਕੋਈ ਪਹਿਲੀ ਵਾਰ ਨਮੋਸ਼ੀ ਨਹੀਂ ਸਾਹਮਣੇ ਕਰਨਾ ਪਈ, ਕਿਉਂਕਿ ਕੁਛ ਦਿਨ ਪਹਿਲਾਂ ਹੀ ਇੱਕ ਹੋਰ ਰਿਪੋਰਟ ਸਾਹਮਣੇ ਆਈ ਸੀ ਵੀ ਵਾਈਟ ਹਾਊਸ ਦੀ ਫੈਂਸ ਇੱਕ ਬੰਦਾ ਟੱਪਣ ਦੇ ਵਿੱਚ ਕਾਮਯਾਬ ਰਿਹਾ ਅਤੇ ਉਸ ਨੂੰ ਫੜਨ ਦੇ ਵਿੱਚ ਸੀਕ੍ਰੈਟ ਸਰਵਿਸ ਨੂੰ 15 ਮਿੰਟ ਤੋਂ ਵੀ ਵੱਧ ਦਾ ਸਮਾਂ ਲੱਗਾ ਆ। ਪਿਛਲੇ ਸਮਿਆਂ ਦੇ ਵਿੱਚ ਵੀ ਸੀਕ੍ਰੈਟ ਸਰਵਿਸ ਇਸੇ ਤਰੀਕੇ ਦੇ ਨਾਲ ਸ਼ਰਮਿੰਦਾ ਹੁੰਦੀ ਰਹੀ ਆ। ਇੰਟਰਨੈਸ਼ਨਲ ਮੋਨੀਟਰੀ ਫੰਡ ਜਿਸ ਦਾ ਕਿ ਆਫਿਸ ਪੈਰਿਸ ਦੇ ਵਿੱਚ ਹੈ, ਉੱਥੇ ਅੱਜ ਇੱਕ ਲੈਟਰ ਬੌਂਬ ਫਟ ਗਿਆ। ਗ੍ਰੀਸ ਤੋਂ ਕਿਸੇ ਨੇ ਇਹ ਲੈਟਰ ਘੱਲੀ ਸੀ ਜਿਸ ਦੇ ਵਿੱਚ ਬੰਬ ਸੀ, ਜਿਸ ਨੂੰ ਖੋਲਦਿਆਂ ਹੀ ਉੱਥੇ ਧਮਾਕਾ ਹੋਇਆ। ਵੈਸੇ ਇਹ ਧਮਾਕਾ ਜਾਨਲੇਵਾ ਤਾਂ ਨਹੀਂ ਸੀ, ਪਰ ਜਿਸ ਇੰਪਲੋਈ ਨੇ ਇਹ ਲੈਟਰ ਖੋਲਿਆ ਸੀ ਉਸਦੇ ਕੰਨਾਂ ਦੇ ਸੁਣਨ ਦੀ ਸ਼ਕਤੀ ਦੇ ਵਿੱਚ ਘਾਟਾ ਹੋਇਆ ਅਤੇ ਇਸ ਟਾਈਮ ਜ਼ੇਰੇ ਇਲਾਜ ਨੇ। ਪੈਰਿਸ ਦੀ ਐਂਟੀ ਟੈਰਰਿਜ਼ਮ ਪੁਲਿਸ ਦੇ ਦੁਆਰਾ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਆ।
ਕੁਛ ਦਿਨ ਪਹਿਲਾਂ ਜਰਮਨ ਫਾਈਨੈਂਸ ਮਿਨਿਸਟਰ ਨੂੰ ਵੀ ਇਸੇ ਤਰੀਕੇ ਦਾ ਇੱਕ ਪਾਰਸਲ ਬੰਬ ਘੱਲਿਆ ਗਿਆ ਸੀ, ਜਿਸ ਦੀ ਜ਼ਿੰਮੇਵਾਰੀ ਗ੍ਰੀਸ ਦੇ ਇੱਕ ਗਰੁੱਪ ਕੌਂਸਪਰੇਸੀ ਆਫ ਫਾਇਰ ਸੈੱਲਸ ਨੇ ਲਈ ਸੀ। ਹਾਲ ਦੀ ਕੜੀ ਇਸ ਬੰਬ ਦੀ ਲੈਟਰ ਬੰਬ ਦੀ ਜ਼ਿੰਮੇਵਾਰੀ ਕਿਸੇ ਵੱਲੋਂ ਵੀ ਨਹੀਂ ਲਈ ਗਈ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਛ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਦੇ ਵੈਦਰ ਤੋਂ, ਜਿੱਥੇ ਕਿ ਸ਼ਨਿਚਰਵਾਰ ਨੂੰ 69 ਡਿਗਰੀ ਹਾਈ, 52 ਡਿਗਰੀ ਲੋ, ਸੈਨ ਫਰਾਂਸਿਸਕੋ ਵਿੱਚ 63 ਡਿਗਰੀ ਹਾਈ, 53 ਡਿਗਰੀ ਲੋ, ਸੈਕਰਾਮੈਂਟੋ ਵਿੱਚ 67 ਡਿਗਰੀ ਹਾਈ, 50 ਡਿਗਰੀ ਲੋ, ਯੂਬਰ ਸਿਟੀ 67 ਡਿਗਰੀ ਹਾਈ, 50 ਡਿਗਰੀ ਲੋ, ਸਟਾਕਟਨ 'ਚ 70 ਡਿਗਰੀ ਹਾਈ, 49 ਡਿਗਰੀ ਲੋ, ਟ੍ਰੇਸੀ ਵਿੱਚ 71 ਡਿਗਰੀ ਹਾਈ, 49 ਡਿਗਰੀ ਲੋ, ਮੋਡੈਸਟੋ ਵਿੱਚ 72 ਡਿਗਰੀ ਹਾਈ, 51 ਡਿਗਰੀ ਲੋ, ਫ੍ਰੈਜ਼ਨੋ ਵਿੱਚ 78 ਡਿਗਰੀ ਹਾਈ, 51 ਡਿਗਰੀ ਲੋ, ਬੇਕਰਸਫੀਲਡ ਵਿੱਚ 85 ਡਿਗਰੀ ਹਾਈ, 55 ਡਿਗਰੀ ਲੋ, ਲੋਸ ਏਂਜਲਸ ਦੇ ਵਿੱਚ 73 ਡਿਗਰੀ ਹਾਈ, 53 ਡਿਗਰੀ ਲੋ, ਟਰਕੀ ਵਿੱਚ 47 ਡਿਗਰੀ ਹਾਈ, 31 ਡਿਗਰੀ ਲੋ, ਸਾਊਥ ਲੇਕ ਟਾਹੋ ਦੇ ਵਿੱਚ 53 ਡਿਗਰੀ ਹਾਈ, 34 ਡਿਗਰੀ ਲੋ, ਪੋਰਟਲੈਂਡ ਓਰੇਗਨ ਦੇ ਵਿੱਚ 52 ਡਿਗਰੀ ਹਾਈ, 34 ਡਿਗਰੀ ਲੋ, ਮੀਂਹ ਪਵੇਗਾ, ਸਿਆਟਲ ਦੇ ਵਿੱਚ 48 ਡਿਗਰੀ ਹਾਈ, 35 ਡਿਗਰੀ ਲੋ, 90% ਚਾਂਸ ਨੇ ਮੀਂਹ ਪੈਣ ਦੇ, ਫਲੈਗਸਟਾਫ ਐਰੀਜ਼ੋਨਾ 'ਚ 67 ਡਿਗਰੀ ਹਾਈ, 37 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ 78 ਡਿਗਰੀ ਹਾਈ, 53 ਡਿਗਰੀ ਲੋ, ਸ਼ਿਕਾਗੋ ਇਲੀਨੋਇਸ ਦੇ ਵਿੱਚ 40 ਡਿਗਰੀ ਹਾਈ, 31 ਡਿਗਰੀ ਲੋ, ਨਿਊਯਾਰਕ ਦੇ ਵਿੱਚ 40 ਡਿਗਰੀ ਹਾਈ, 33 ਡਿਗਰੀ ਲੋ, ਬਰਫ਼ ਪੈਣ ਦੀ ਸੰਭਾਵਨਾ ਆ। ਟੋਰੋਂਟੋ ਕੈਨੇਡਾ 2 ਡਿਗਰੀ ਸੈਲਸੀਅਸ ਹਾਈ, -2 ਡਿਗਰੀ ਸੈਲਸੀਅਸ ਲੋ, ਵਿਨੀਪੈਗ 'ਚ 0 ਡਿਗਰੀ ਸੈਲਸੀਅਸ ਹਾਈ, -2 ਡਿਗਰੀ ਸੈਲਸੀਅਸ ਲੋ, ਕੈਲਗਰੀ 'ਚ 17 ਡਿਗਰੀ ਸੈਲਸੀਅਸ ਹਾਈ, -4 ਡਿਗਰੀ ਸੈਲਸੀਅਸ ਲੋ, ਵੈਨਕੂਵਰ ਵਿੱਚ 8 ਡਿਗਰੀ ਸੈਲਸੀਅਸ ਹਾਈ, 1 ਡਿਗਰੀ ਸੈਲਸੀਅਸ ਲੋ, ਮੀਂਹ ਪੈ ਸਕਦਾ ਆ। ਅੰਮ੍ਰਿਤਸਰ ਪੰਜਾਬ 'ਚ 31 ਡਿਗਰੀ ਸੈਲਸੀਅਸ ਹਾਈ, 14 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ 'ਚ 27 ਡਿਗਰੀ ਸੈਲਸੀਅਸ ਹਾਈ, 18 ਡਿਗਰੀ ਸੈਲਸੀਅਸ ਲੋ, ਮੀਂਹ ਪੈ ਸਕਦਾ ਆ। ਲੰਡਨ ਯੂਕੇ 'ਚ 14 ਡਿਗਰੀ ਸੈਲਸੀਅਸ ਹਾਈ, 10 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ, 1 ਡਿਗਰੀ ਸੈਲਸੀਅਸ ਲੋ, ਪੈਰਿਸ ਫਰਾਂਸ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ 10 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਸਰੋਤੇ ਇੱਥੇ ਹੀ ਵੈਦਰ ਰਿਪੋਰਟ ਜਿਹੜੀ ਹੁਣ ਮੁੱਕਦੀ, ਹੁਣ ਤੁਹਾਨੂੰ ਸਟਾਕ ਮਾਰਕੀਟ ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁੱਕਰਵਾਰ ਦੀ ਕਲੋਜਿੰਗ ਤੱਕ ਡਾਓ ਜੋਨਸ ਦੇ ਵਿੱਚ 20 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 20,914 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 1 ਪੁਆਇੰਟ ਦਾ ਵਾਧਾ ਦੇਖਿਆ ਗਿਆ, 5,901 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 3 ਪੁਆਇੰਟ ਡਿੱਗੇ, 2,378 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5,000 ਦੇ ਵਿੱਚ 17 ਪੁਆਇੰਟਾਂ ਦਾ ਘਾਟਾ ਹੋਇਆ, 24,761 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ 1 US ਡਾਲਰ ਦੀ ਕੀਮਤ 65 ਰੁਪਈਏ 48 ਪੈਸੇ, 1 ਕੈਨੇਡੀਅਨ ਡਾਲਰ ਦੀ ਕੀਮਤ 48 ਰੁਪਈਏ 98 ਪੈਸੇ, 1 ਬ੍ਰਿਟਿਸ਼ ਪਾਊਂਡ ਸਟਰਲਿੰਗ ਦੀ ਕੀਮਤ 81 ਰੁਪਈਏ 19 ਪੈਸੇ, 1 ਯੂਰੋ ਦੀ ਕੀਮਤ 70 ਰੁਪਈਏ 41 ਪੈਸੇ, 1 ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਈਏ 36 ਪੈਸੇ, 1 ਨਿਊਜ਼ੀਲੈਂਡ ਡਾਲਰ ਦੀ ਕੀਮਤ 45 ਰੁਪਈਏ 91 ਪੈਸੇ, 1 ਸਿੰਗਾਪੁਰ ਡਾਲਰ ਦੀ ਕੀਮਤ 46 ਰੁਪਈਏ 71 ਪੈਸੇ, 1 ਬਹਿਰੀਨ ਦੇ ਦਿਨਾਰ ਦੀ ਕੀਮਤ 173 ਰੁਪਈਏ 62 ਪੈਸੇ, 1 ਕੁਵੈਤ ਦੇ ਦਿਨਾਰ ਦੀ ਕੀਮਤ 214 ਰੁਪਈਏ 86 ਪੈਸੇ, 1 US ਡਾਲਰ ਦੀ ਕੀਮਤ $1.34 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,229.02 ਪ੍ರತಿ ਔਂਸ, ਚਾਂਦੀ ਦਾ ਭਾਅ $17.40 ਪ੍ਰਤੀ ਔਂਸ ਰਿਹਾ। ਤੇ ਸਰੋਤੇ ਇੱਥੇ ਹੀ ਸਾਡਾ ਹੁਣ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਬੁਲੇਟਿਨ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਵਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।